ਜੀ ਸਤਿ ਸ਼੍ਰੀ ਅਕਾਲ ਅਤੇ ਨਾਲੇ ਜਿਹੜੀ ਤੁਹਾਡੀ ਹੁਣ ਡਿਊਟੀ ਬਣਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਉ ਇੱਦਾਂ ਉਂਗਲ ਮਾਰ ਕੇ ਨਾਲ ਹੀ ਬੈੱਲ ਆਈਕੋਨ ਬਣਿਆ ਹੋਇਆ ਘੰਟੀ ਜਿਹੀ ਉਹਦੇ 'ਤੇ ਵੀ ਮਾਰ ਦਿਉ ਕਿਉਂਕਿ ਜਦੋਂ ਕੋਈ ਨਵੀਂ ਚੀਜ਼ ਅਸੀਂ ਹੋਰ ਪਾਈ ਤਾਂ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜੂਗੀ ਸੋ ਕਰ ਲਓ ਸਬਸਕ੍ਰਾਈਬ। ਇਹ ਮਾਮਲਾ ਗਿੱਦੜਵਾਹਾ ਦਾ ਹੈ। ਇੱਕ ਕਿਸਾਨ ਜਗਜੀਤ ਸਿੰਘ ਬੈਂਕ ਵਿੱਚ ਪੈਸੇ ਜਮ੍ਹਾਂ ਕਰਵਾਉਣ ਜਾ ਰਿਹਾ ਸੀ ਅਤੇ ਕੁਝ ਲੁਟੇਰਿਆਂ ਨੇ ਉਸਦੇ ਹੱਥ ਵਿੱਚ ਨਕਦੀ ਦੇਖੀ ਅਤੇ ਕਿਹਾ ਕਿ ਸਾਨੂੰ ਛੋਟੇ ਨੋਟ ਦੇ ਦੇਵੇ ਅਤੇ ਵੱਡੇ ਨੋਟ ਲੈ ਲਵੇ। ਕਿਸਾਨ ਇਹਨਾਂ ਦੀਆਂ ਗੱਲਾਂ ਵਿੱਚ ਆ ਗਿਆ ਸੀ ਅਤੇ ਉਸਨੇ ਸਾਰੇ ਪੈਸੇ ਲੁਟੇਰਿਆਂ ਨੂੰ ਦੇ ਦਿੱਤੇ। ਲੁਟੇਰੇ ਉਸਦੇ 80,000 ਦੀ ਨਕਦੀ ਲੈ ਕੇ ਫਰਾਰ ਹੋ ਗਏ। ਇਹਨਾਂ ਲੁਟੇਰਿਆਂ ਦੀ ਵੀਡੀਓ CCTV ਕੈਮਰੇ ਵਿੱਚ ਕੈਦ ਹੋ ਗਈ। ਲੁਟੇਰੇ ਜਦ ਪੈਸੇ ਲੈ ਕੇ ਭੱਜੇ ਸੀ ਤਾਂ ਕਿਸਾਨ ਵੀ ਉਹਨਾਂ ਮਗਰ ਭੱਜਿਆ ਸੀ, ਪਰ ਉਹ ਕਾਰ ਵਿੱਚ ਬੜੀ ਤੇਜ਼ੀ ਨਾਲ ਚਲੇ ਗਏ ਸੀ। ਪੁਲਿਸ ਇਹਨਾਂ ਦੀ ਭਾਲ ਕਰ ਰਹੀ ਹੈ। ਮੈਂ ਆਪਦੇ ਸੇਠ ਤੋਂ ਪੈਸੇ ਲੈ ਕੇ ਜੀ ਬੈਂਕ 'ਚ ਲਿਮਟ ਦਾ ਵਿਆਜ ਜਮ੍ਹਾਂ ਕਰਾਉਣ ਵਾਸਤੇ ਗਿਆ ਸੀਗਾ ਜੀ। ਉਹ ਬੰਦੇ ਮੇਰੇ ਨਾਲ ਲਾਈਨ 'ਚ ਲੱਗੇ ਸੀਗੇ ਜੀ। ਕੇਰਾਂ ਮੈਨੂੰ ਉਹਨਾਂ ਨੇ ਐਂ ਆਖਿਆ ਵੀ ਆਹਦੇ ਯਾਰ ਸਾਥੋਂ ਛੋਟੇ ਨੋਟ ਸਾਨੂੰ ਦੇ ਦੇ, ਵੱਡੇ ਲੈ ਲਾ, ਸਾਡੇ ਵਿਆਹ ਹੈ। ਮੇਰੇ ਮੋਢੇ 'ਤੇ ਹਾਥੀਆ ਮਾਰ ਕੇ ਮੈਨੂੰ ਬਾਹਰ ਨੂੰ ਲਿਆਏ। ਉਸ ਤੋਂ ਬਾਅਦ ਨਹੀਂ ਮੇਰੇ ਨਾਲ ਮੈਨੂੰ ਤੋਰੀ ਫਿਰੇ ਹੈ। ਉਸ ਤੋਂ ਬਾਅਦ ਨਹੀਂ ਮੇਰੇ ਨਾਲ ਪਤਾ ਲੱਗਿਆ ਵੀ ਮੈਨੂੰ ਕੀ ਕੀਤਾ। ਜਦੋਂ ਭੱਜੇ ਆ ਮੈਂ ਮਗਰ ਭੱਜਿਆ ਉਹਨਾਂ ਅਤੇ ਵੱਖ ਵੱਖ ਟੀਮਾਂ ਬਣਾ ਕੇ ਅਸੀਂ ਉਹਨਾਂ ਦੀ ਤਲਾਸ਼ ਕਰ ਰਹੇ ਹਾਂ ਅਤੇ ਜਲਦੀ ਤਲਾਸ਼ ਕਰਕੇ ਬਣਦੀ ਕਾਰਵਾਈ ਕਰਦੇ ਹਾਂ। ਜੇਕਰ ਸੱਚ ਬੋਲਣਾ ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ। ਸੱਚ ਅਤੇ ਹੱਕ ਦੀ ਆਵਾਜ਼, ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ, ਪੰਜਾਬ TV ਕਰੇਗਾ ਸੱਚ ਦਾ ਖੁਲਾਸਾ। ਤੁਸੀਂ ਦੇਖਦੇ ਰਹੋ ਪੰਜਾਬ TV, ਸੱਚ ਅਤੇ ਹੱਕ ਦੀ ਆਵਾਜ਼।